ਪਿੰਡਾਂ 'ਚ ਗਿਆ, ਪਿੰਡਾਂ ਦੇ ਪਿੰਡ ਈ ਡੀ ਓ ਸਾਹਿਬ ਦੇ ਨਾਲ ਨੇ, ਈ ਡੀ ਓ ਸਾਹਿਬ ਨੂੰ ਪਿਆਰ ਕਰਦੇ ਆ। ਜੇ ਚੰਡਿਆਲੇ ਦੀ ਗੱਲ ਕਰਾਂ, ਜੈਨ ਬਰਾਦਰੀ ਆ ਜੀ, ਜੈਨ ਬਰਾਦਰੀ ਨੇ ਮੋਤੀਆਂ ਦੀਆਂ ਮਾਲਾ ਪਾਈਆਂ। ਹਿੰਦੂ, ਸਿੱਖ, ਮੁਸਲਿਮ, ਈਸਾਈ ਕੋਈ ਵੀ ਬਰਾਦਰੀ ਆਈ ਆ, ਕਿਸੇ ਨੇ ਨੋਟਾਂ ਦੇ ਹਾਰ ਪਾਏ, ਕਿਸੇ ਨੇ ਰੰਗ ਵਾਲੇ ਹਾਰ ਪਾਏ, ਕਿਸੇ ਨੇ ਫੁੱਲਾਂ ਦੇ ਹਾਰ ਪਾਏ, ਤੇ ਜਿਹੜਾ ਹਾਰ ਪਾਵੇ ਉਹ ਸਮਝ ਲਓ ਜਿੱਤ ਦੇ ਕੇ ਬਿਠਾ। ਸਾਨੂੰ ਪਰਮਾਤਮਾ ਕਿਰਪਾ ਕਰੇ, ਤਾਕਤ ਦੇਵੇ, ਬਲ ਦੇਵੇ, ਅਸੀਂ ਲੋਕਾਂ ਦੇ ਵਿੱਚ ਰਹੀਏ, ਲੋਕਾਂ ਦੀ ਸੇਵਾ ਕਰਦੇ ਰਹੀਏ। ਜੇ ਪਹਿਲਾਂ 2 ਸਾਲ ਦਾਸ ਨੇ ਲੋਕਾਂ ਦੀ ਸੇਵਾ ਕੀਤੀ, ਲੋਕਾਂ ਦੇ ਵਿੱਚ ਰਿਹਾ, ਤੇ ਗਾਂ ਵੀ ਪਰਮਾਤਮਾ ਕਿਰਪਾ ਕਰੇ ਜਿੱਤ ਕੇ ਲੋਕਾਂ ਦੇ ਵਿੱਚ ਰਹੂ, ਲੋਕਾਂ ਦੀ ਸੇਵਾ ਕਰੂ। ਪੰਜਾਬ ਦੇ ਸਾਡੀ ਲੋਕ ਸਭਾ ਦੇ ਬੜੇ ਮੁੱਦੇ ਆ, ਸਾਰੇ ਮੁੱਦੇ ਮੁੱਦੇ ਹੱਲ ਕਰਾਵਾਂ। ਕਿੱਦਾਂ ਦਾ ਦੇਖ ਰਹੇ ਹੋ, ਕਿਉਂਕਿ ਜਿੱਦਾਂ ਦਾ ਪਹਿਲਾਂ ਡੋਰ ਟੂ ਡੋਰ ਪ੍ਰਚਾਰ ਸੀਗਾ ਉਹਦੇ ਘੱਟ ਤੇ ਦੇਖਦੇ ਸੀਗੇ, ਹੁਣ ਜਿਹੜਾ ਹੈਗਾ ਲਗਾਤਾਰ ਕੁੰਬਾ ਜਿਹੜਾ ਹੈਗਾ ਉਹ ਵੱਡਾ ਅੱਜ ਦਾ ਜਿਹੜਾ ਇਕੱਠ ਹੈਗਾ, ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਦੂਰ ਦੁਰਾਡੇ ਤੋਂ ਵਿੱਚ ਪਹੁੰਚੇ ਹੋਏ, ਅੱਜ ਦੇ ਇਸ ਇਕੱਠ ਤੋਂ ਬਾਅਦ ਜਿੱਤ ਦੀ ਜੇਕਰ ਗੱਲ ਕਰੇ, ਕਿਸ ਤਰ੍ਹਾਂ ਦੀ ਲੀਡ ਦੀ ਗੱਲ ਕਰਦੇ? ਦੇਖੋ, ਮੈਂ ਤਾਂ ਪਹਿਲਾਂ ਕਹਿਤਾ ਵੀ ਜਿਹੜੀ 26,000 ਦੀ ਲੀਡ ਹੀ ਪਾਈ ਤੇ ਉਹ 55,000 ਦੇ ਰੂਪ ਦੇ ਵਿੱਚ ਲੋਕ ਦੇਣਗੇ। 2 ਸਾਲ ਦੀ ਜਿਹੜੀ ਸਰਕਾਰ ਆ, 2 ਸਾਲ ਦੇ ਜਿਹੜੇ ਕੰਮ ਆ ਉਹਨੂੰ ਲੋਕ ਫਤਵਾ ਦੇਣਗੇ। ਬਿਜਲੀ ਦੇ ਬਿੱਲ 0 ਆਇਆ, ਜਦੋਂ ਅਸੀਂ ਲੋਕਾਂ 'ਚ ਜਾਂਦੇ ਹਾਂ ਤੇ ਲੋਕਾਂ ਨੂੰ ਹੱਥ ਜੋੜੀਦੇ ਆ ਵੀ ਖਿਆਲ ਰੱਖਿਓ ਭਰਾਵਾ, ਜੇ ਵੋਟ ਦੀ ਅਪੀਲ ਕਰ ਦਿੰਦੇ ਆ ਤੇ ਲੋਕ ਕਹਿ ਦਿੰਦੇ ਆ ਜਿਹਨੇ ਸਾਡੇ ਬਿਜਲੀ ਮਾਫ਼ ਕੀਤੀ ਉਹਨੂੰ ਵੋਟ ਪਾਵਾਂਗੇ। ਪਿੰਡਾਂ 'ਚ ਗਿਆ, ਪਿੰਡਾਂ ਦੇ ਪਿੰਡ ਈ ਡੀ ਓ ਸਾਹਿਬ ਦੇ ਨਾਲ ਨੇ, ਈ ਡੀ ਓ ਸਾਹਿਬ ਨੂੰ ਪਿਆਰ ਕਰਦੇ ਆ। ਜੇ ਚੰਡਿਆਲੇ ਦੀ ਗੱਲ ਕਰਾਂ, ਜੈਨ ਬਰਾਦਰੀ ਆ ਜੀ, ਜੈਨ ਬਰਾਦਰੀ ਨੇ ਮੋਤੀਆਂ ਦੀਆਂ ਮਾਲਾ ਪਾਈਆਂ। ਹਿੰਦੂ, ਸਿੱਖ, ਮੁਸਲਿਮ, ਈਸਾਈ ਕੋਈ ਵੀ ਬਰਾਦਰੀ ਆਈ ਆ, ਕਿਸੇ ਨੇ ਨੋਟਾਂ ਦੇ ਹਾਰ ਪਾਏ, ਕਿਸੇ ਨੇ ਰੰਗ ਵਾਲੇ ਹਾਰ ਪਾਏ, ਕਿਸੇ ਨੇ ਫੁੱਲਾਂ ਦੇ ਹਾਰ ਪਾਏ, ਤੇ ਜਿਹੜਾ ਹਾਰ ਪਾਵੇ ਉਹ ਸਮਝ ਲਓ ਜਿੱਤ ਦੇ ਕੇ ਬਿਠਾ। ਸਾਨੂੰ ਪਰਮਾਤਮਾ ਕਿਰਪਾ ਕਰੇ, ਤਾਕਤ ਦੇਵੇ, ਬਲ ਦੇਵੇ, ਅਸੀਂ ਲੋਕਾਂ ਦੇ ਵਿੱਚ ਰਹੀਏ, ਲੋਕਾਂ ਦੀ ਸੇਵਾ ਕਰਦੇ ਰਹੀਏ। ਜੇ ਪਹਿਲਾਂ 2 ਸਾਲ ਦਾਸ ਨੇ ਲੋਕਾਂ ਦੀ ਸੇਵਾ ਕੀਤੀ, ਲੋਕਾਂ ਦੇ ਵਿੱਚ ਰਿਹਾ, ਤੇ ਗਾਂ ਵੀ ਪਰਮਾਤਮਾ ਕਿਰਪਾ ਕਰੇ ਜਿੱਤ ਕੇ ਲੋਕਾਂ ਦੇ ਵਿੱਚ ਰਹੂ, ਲੋਕਾਂ ਦੀ ਸੇਵਾ ਕਰੂ। ਪੰਜਾਬ ਦੇ ਸਾਡੀ ਲੋਕ ਸਭਾ ਦੇ ਬੜੇ ਮੁੱਦੇ ਆ, ਸਾਰੇ ਮੁੱਦੇ ਮੁੱਦੇ ਹੱਲ ਕਰਾਵਾਂ। ਕਿੱਦਾਂ ਦਾ ਦੇਖ ਰਹੇ ਹੋ, ਕਿਉਂਕਿ ਜਿੱਦਾਂ ਦਾ ਪਹਿਲਾਂ ਡੋਰ ਟੂ ਡੋਰ ਪ੍ਰਚਾਰ ਸੀਗਾ ਉਹਦੇ ਘੱਟ ਤੇ ਦੇਖਦੇ ਸੀਗੇ, ਹੁਣ ਜਿਹੜਾ ਹੈਗਾ ਲਗਾਤਾਰ ਕੁੰਬਾ ਜਿਹੜਾ ਹੈਗਾ ਉਹ ਵੱਡਾ ਅੱਜ ਦਾ ਜਿਹੜਾ ਇਕੱਠ ਹੈਗਾ, ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਦੂਰ ਦੁਰਾਡੇ ਤੋਂ ਵਿੱਚ ਪਹੁੰਚੇ ਹੋਏ, ਅੱਜ ਦੇ ਇਸ ਇਕੱਠ ਤੋਂ ਬਾਅਦ ਜਿੱਤ ਦੀ ਜੇਕਰ ਗੱਲ ਕਰੇ, ਕਿਸ ਤਰ੍ਹਾਂ ਦੀ ਲੀਡ ਦੀ ਗੱਲ ਕਰਦੇ? ਦੇਖੋ, ਮੈਂ ਤਾਂ ਪਹਿਲਾਂ ਕਹਿਤਾ ਵੀ ਜਿਹੜੀ 26,000 ਦੀ ਲੀਡ ਹੀ ਪਾਈ ਤੇ ਉਹ 55,000 ਦੇ ਰੂਪ ਦੇ ਵਿੱਚ ਲੋਕ ਦੇਣਗੇ। 2 ਸਾਲ ਦੀ ਜਿਹੜੀ ਸਰਕਾਰ ਆ, 2 ਸਾਲ ਦੇ ਜਿਹੜੇ ਕੰਮ ਆ ਉਹਨੂੰ ਲੋਕ ਫਤਵਾ ਦੇਣਗੇ। ਬਿਜਲੀ ਦੇ ਬਿੱਲ 0 ਆਇਆ, ਜਦੋਂ ਅਸੀਂ ਲੋਕਾਂ 'ਚ ਜਾਂਦੇ ਹਾਂ ਤੇ ਲੋਕਾਂ ਨੂੰ ਹੱਥ ਜੋੜੀਦੇ ਆ ਵੀ ਖਿਆਲ ਰੱਖਿਓ ਭਰਾਵਾ, ਜੇ ਵੋਟ ਦੀ ਅਪੀਲ ਕਰ ਦਿੰਦੇ ਆ ਤੇ ਲੋਕ ਕਹਿ ਦਿੰਦੇ ਆ ਜਿਹਨੇ ਸਾਡੇ ਬਿਜਲੀ ਮਾਫ਼ ਕੀਤੀ ਉਹਨੂੰ ਵੋਟ ਪਾਵਾਂਗੇ। ਪਿੰਡਾਂ 'ਚ ਗਿਆ, ਪਿੰਡਾਂ ਦੇ ਪਿੰਡ ਈ ਡੀ ਓ ਸਾਹਿਬ ਦੇ ਨਾਲ ਨੇ, ਈ ਡੀ ਓ ਸਾਹਿਬ ਨੂੰ ਪਿਆਰ ਕਰਦੇ ਆ। ਜੇ ਚੰਡਿਆਲੇ ਦੀ ਗੱਲ ਕਰਾਂ, ਜੈਨ ਬਰਾਦਰੀ ਆ ਜੀ, ਜੈਨ ਬਰਾਦਰੀ ਨੇ ਮੋਤੀਆਂ ਦੀਆਂ ਮਾਲਾ ਪਾਈਆਂ। ਹਿੰਦੂ, ਸਿੱਖ, ਮੁਸਲਿਮ, ਈਸਾਈ ਕੋਈ ਵੀ ਬਰਾਦਰੀ ਆਈ ਆ, ਕਿਸੇ ਨੇ ਨੋਟਾਂ ਦੇ ਹਾਰ ਪਾਏ, ਕਿਸੇ ਨੇ ਰੰਗ ਵਾਲੇ ਹਾਰ ਪਾਏ, ਕਿਸੇ ਨੇ ਫੁੱਲਾਂ ਦੇ ਹਾਰ ਪਾਏ, ਤੇ ਜਿਹੜਾ ਹਾਰ ਪਾਵੇ ਉਹ ਸਮਝ ਲਓ ਜਿੱਤ ਦੇ ਕੇ ਬਿਠਾ। ਸਾਨੂੰ ਪਰਮਾਤਮਾ ਕਿਰਪਾ ਕਰੇ, ਤਾਕਤ ਦੇਵੇ, ਬਲ ਦੇਵੇ, ਅਸੀਂ ਲੋਕਾਂ ਦੇ ਵਿੱਚ ਰਹੀਏ, ਲੋਕਾਂ ਦੀ ਸੇਵਾ ਕਰਦੇ ਰਹੀਏ। ਜੇ ਪਹਿਲਾਂ 2 ਸਾਲ ਦਾਸ ਨੇ ਲੋਕਾਂ ਦੀ ਸੇਵਾ ਕੀਤੀ, ਲੋਕਾਂ ਦੇ ਵਿੱਚ ਰਿਹਾ, ਤੇ ਗਾਂ ਵੀ ਪਰਮਾਤਮਾ ਕਿਰਪਾ ਕਰੇ ਜਿੱਤ ਕੇ ਲੋਕਾਂ ਦੇ ਵਿੱਚ ਰਹੂ, ਲੋਕਾਂ ਦੀ ਸੇਵਾ ਕਰੂ। ਪੰਜਾਬ ਦੇ ਸਾਡੀ ਲੋਕ ਸਭਾ ਦੇ ਬੜੇ ਮੁੱਦੇ ਆ, ਸਾਰੇ ਮੁੱਦੇ ਮੁੱਦੇ ਹੱਲ ਕਰਾਵਾਂ। ਕਿੱਦਾਂ ਦਾ ਦੇਖ ਰਹੇ ਹੋ, ਕਿਉਂਕਿ ਜਿੱਦਾਂ ਦਾ ਪਹਿਲਾਂ ਡੋਰ ਟੂ ਡੋਰ ਪ੍ਰਚਾਰ ਸੀਗਾ ਉਹਦੇ ਘੱਟ ਤੇ ਦੇਖਦੇ ਸੀਗੇ, ਹੁਣ ਜਿਹੜਾ ਹੈਗਾ ਲਗਾਤਾਰ ਕੁੰਬਾ ਜਿਹੜਾ ਹੈਗਾ ਉਹ ਵੱਡਾ ਅੱਜ ਦਾ ਜਿਹੜਾ ਇਕੱਠ ਹੈਗਾ, ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਦੂਰ ਦੁਰਾਡੇ ਤੋਂ ਵਿੱਚ ਪਹੁੰਚੇ ਹੋਏ, ਅੱਜ ਦੇ ਇਸ ਇਕੱਠ ਤੋਂ ਬਾਅਦ ਜਿੱਤ ਦੀ ਜੇਕਰ ਗੱਲ ਕਰੇ, ਕਿਸ ਤਰ੍ਹਾਂ ਦੀ ਲੀਡ ਦੀ ਗੱਲ ਕਰਦੇ? ਦੇਖੋ, ਮੈਂ ਤਾਂ ਪਹਿਲਾਂ ਕਹਿਤਾ ਵੀ ਜਿਹੜੀ 26,000 ਦੀ ਲੀਡ ਹੀ ਪਾਈ ਤੇ ਉਹ 55,000 ਦੇ ਰੂਪ ਦੇ ਵਿੱਚ ਲੋਕ ਦੇਣਗੇ। 2 ਸਾਲ ਦੀ ਜਿਹੜੀ ਸਰਕਾਰ ਆ, 2 ਸਾਲ ਦੇ ਜਿਹੜੇ ਕੰਮ ਆ ਉਹਨੂੰ ਲੋਕ ਫਤਵਾ ਦੇਣਗੇ। ਬਿਜਲੀ ਦੇ ਬਿੱਲ 0 ਆਇਆ, ਜਦੋਂ ਅਸੀਂ ਲੋਕਾਂ 'ਚ ਜਾਂਦੇ ਹਾਂ ਤੇ ਲੋਕਾਂ ਨੂੰ ਹੱਥ ਜੋੜੀਦੇ ਆ
ਵੀ ਖਿਆਲ ਰੱਖਿਓ ਭਰਾਵਾ, ਜੇ ਵੋਟ ਦੀ ਅਪੀਲ ਕਰ ਲੈਂਦੇ ਆ ਤੇ ਲੋਕ ਕਹਿ ਦਿੰਦੇ ਆ ਜਿਹਨੇ ਸਾਡੇ ਬਿਜਲੀ ਮਾਫ਼ ਕੀਤੀ ਉਹਨੂੰ ਵੋਟ ਪਾਵਾਂਗੇ।